ਜੀ ਮੈਂ ਅਸਲਾਮ ਵਾਲੇਕਮ, ਮੈਂ ਆਪਕਾ ਵੀਰ ਦੋਸਤ ਗੁਲਾਮ ਮੁਰਤਜ਼ਾ, ਤੁਸੀਂ ਵੇਖ ਰਹੇ ਮੁਰਤਜ਼ਾ ਟੀਵੀ। ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ, ਨਾਲ ਇੱਕ ਬੈਲ ਦਾ ਬਟਨ ਉਹ ਵੀ ਓਕੇ ਕਰੋ, ਕਿਉਂਕਿ ਹਰ ਵੀਡੀਓ ਮੇਰੇ ਵੀਰਾਂ ਦੋਸਤਾਂ ਲਈ ਜਲਦੀ ਜਲਦੀ ਪਹੁੰਚ ਸਕੇ। ਦੋਸਤਾਂ ਲਈ ਇੱਕ ਅੱਜ ਨਮੋਲ ਹੀਰਾ ਲੈ ਕੇ ਆਇਆ। ਮਾਸ਼ਾਅੱਲਾ, ਲਾਈਕ ਲਾਜ਼ਮੀ ਆਉਣੇ ਚਾਹੀਦੇ ਨੇ। ਇੱਕ ਨੁਕਰਾ ਵਿਹੜਾ ਲੈ ਕੇ ਆਇਆ, ਮਾਸ਼ਾਅੱਲਾ ਪਿਓਰ ਫਰੀਜ਼ਨ ਵਿਹੜਾ ਲੈ ਕੇ ਆਇਆ। ਇਨਸ਼ਾਅੱਲਾ ਉਮੀਦ ਕਰਨੇ ਦੋਸਤਾਂ ਨੂੰ ਪਸੰਦ ਵੀ ਆਏਗਾ। ਮਾਲਕ ਦਾ ਇਹਦਾ ਕਹਿਣਾ ਹੈ ਜੀ, ਵਜ਼ਨ ਇਹਦਾ 45 ਤੋਂ 50 ਮਾਨ ਵਜ਼ਨ ਹੈਗਾ ਇਸ ਟਾਈਮ ਮੌਜੂਦਾ। ਅਗਰ ਕੋਈ ਮਕਸਦ ਗੋਸ਼ਤ ਕਸਾਈ ਆਉਂਦੇ ਨੇ, ਕਸਾਈਆਂ ਤੋਂ ਜਾਇਜ਼ਾ ਅਸੀਂ ਲਾਇਆ। ਕਸਾਈ ਇਹ 35-40 ਕਰਦੇ ਨੇ, 35-40 ਆਉਂਦੇ ਨੇ ਕਸਾਈ ਵੀ ਇਹਦਾ ਗੋਸ਼ਤ ਹੈਗਾ। ਅਤੇ ਅਗਰ ਇਹ ਸਾਰਾ ਤੋਲਿਆ ਜਾਵੇ, 45 ਤੋਂ 50 ਮਾਨ ਵਜ਼ਨ ਹੈ ਇਸ ਟਾਈਮ ਬੱਚੇ ਦਾ। ਇਨਸ਼ਾਅੱਲਾ ਇੱਕ ਨਮੋਲ ਹੀਰਾ ਇਨਸ਼ਾਅੱਲਾ ਦੋਸਤਾਂ ਨੂੰ ਮੇਰਾ ਕੈਮਰਾਮੈਨ ਦਿਖਾਉਣਾ, ਕੈਮਰਾਮੈਨ ਦਿਖਾਓ। ਪਿਓਰ ਨੁਕਰਾ ਵਕਰਾ ਵੱਛਾ ਹੈ ਜੀ, ਪਿਓਰ ਨੁਕਰਾ, ਹਰ ਚੀਜ਼ ਸਫੈਦ, ਇੱਕ ਵਾਲ ਵੀ ਨਹੀਂ ਕਾਲਾ ਹੈਗਾ ਕਿਸੇ ਮਨੋਂ ਵੀ। ਮਾਸ਼ਾਅੱਲਾ ਰੱਬ ਨੇ ਜੀ ਇੱਕ ਨਮੋਲ ਹੀਰਾ ਬਣਾਇਆ, ਅਤੇ ਇਹਦਾ ਨਾਂ ਵੀ ਹੈ ਗੁਲਾਬ। ਕੀ ਨਾਂ ਰੱਖਿਆ ਇਹਦਾ? ਨਾਂ ਕੀ ਹੈ? ਤੋਤੀ। ਇਹਦਾ ਨਾਂ ਵੀ ਤੋਤੀ ਹੈ ਜੀ। ਇਨਸ਼ਾਅੱਲਾ ਹੈ ਵੀ ਤੋਤਾ ਜੀ, ਮਾਸ਼ਾਅੱਲਾ ਖੂਬਸੂਰਤ, ਬੜਾ ਹਰ ਪਾਸੋਂ, ਕੋਈ ਵਾਲ ਨਹੀਂ ਕਿਸੇ ਮਨੋਂ ਵੀ ਚਿੱਟਾ ਹੋਵੇ। ਅਤੇ ਕੈਮਰਾਮੈਨ ਪੂਰੀ ਤਸੱਲੀ ਕਰਦਾ, ਪੂਰੀ ਹਰ ਤਰ੍ਹਾਂ ਪੂਰੀ ਤਸੱਲੀ ਨਾਲ ਦਿਖਾ ਰਿਹਾ। ਇਨਸ਼ਾਅੱਲਾ ਭਗਵਾਨ ਤਾਲਾ ਕੈਮਰੇ ਦੀ ਜੀਨਤ ਹੈ ਜੀ। ਬੱਚਾ ਇਨਸ਼ਾਅੱਲਾ ਖੂਬਸੂਰਤ ਕਮਾਲ ਦਾ ਹੀਰਾ ਹੈ ਜੀ। ਪੰਜਾਬ ਦਾ ਤੋਹਫਾ ਇਹ ਜੀ। ਇਹ ਮੇਰੇ ਤਹਿਸੀਲ ਆਰਫ ਵਾਲਾ ਜ਼ਿਲ੍ਹਾ ਪਾਕਪਤਨ 'ਚ ਜੀ, ਇਹ ਇੱਕ ਨਮੋਲ ਹੀਰਾ ਤੋਹਫਾ ਖੜ੍ਹਾ ਆਰਫ ਵਾਲੇ 'ਚੋਂ ਤੋਹਫਾ, ਇੱਕ ਪਾਕਪਤਨ ਜ਼ਿਲ੍ਹੇ 'ਚੋਂ, ਤਹਿਸੀਲ 'ਚੋਂ, ਜ਼ਿਲ੍ਹੇ 'ਚੋਂ ਇੱਕ ਤੋਹਫਾ ਹੈ ਜੀ। ਕਿਸੇ ਦੋਸਤ ਵੀਰ ਨੂੰ ਪਸੰਦ ਆਉਂਦੀ ਰਾਬਤਾ ਕਰ ਸਕਦਾ। ਫੋਨ ਨੰਬਰ 0344-79-80-676। ਮਾਲਕ ਦਾ ਵਿੱਚ ਨੰਬਰ ਮੌਜੂਦ ਹੋਏਗਾ, ਮਾਲਕ ਨਾਲ ਵੀ ਰਾਬਤਾ ਕਰ ਸਕਦੇ ਜੇ। ਦੂਸਰੀਆਂ ਗੱਲਾਂ ਮਾਲਕ ਨਾਲ ਕਰਾਂਗੇ ਕੀ ਇਹਦਾ ਹਿਸਾਬ ਕਿਤਾਬ ਹੈ। ਕਮਾਲ ਦਾ ਹੀਰਾ ਮਾਸ਼ਾਅੱਲਾ, ਕੱਦ ਵਜ਼ਨ ਇੱਕ ਨਮੋਲ ਹੀਰਾ ਦੋਸਤਾਂ ਨੇ ਲੈ ਕੇ ਆਉਂਦਾ। ਕੱਦ ਦੇਖ ਲਓ, ਮੈਂ ਦੂਸਰੀ ਸਾਈਡ ਦੇਖ ਲਾ, ਮੇਰਾ ਤਕਰੀਬਨ 5.5-6 ਫੁੱਟ ਕੱਦ ਹੈ। ਮਾਸ਼ਾਅੱਲਾ ਮੇਰੇ ਬਰਾਬਰ ਵਿੱਚ ਆ ਰਿਹਾ, ਇਹਦੀ ਲਾਮ ਹੋਏਗੀ ਤਕਰੀਬਨ ਮਾਸ਼ਾਅੱਲਾ ਤਕਰੀਬਨ 8 ਫੁੱਟ, 14 ਕਿੰਨਾ, 14 ਫੁੱਟ ਲੰਮਾ ਹੋਏਗਾ ਜੀ। 14 ਫੁੱਟ ਲਾਮ ਹੈ ਮਾਸ਼ਾਅੱਲਾ ਬੱਚੇ ਦੀ। ਇੱਕ ਖੂਬਸੂਰਤ ਹੀਰਾ ਦੋਸਤਾਂ ਨੇ ਲੈ ਕੇ ਆਏ, ਪੂਰੀਆਂ ਤਸੱਲੀਆਂ ਕਰਾ ਦੀ ਕੈਮਰਾਮੈਨ। ਇਹ ਪਿਓਰ ਫਰੀਜ਼ਨ ਹੈ, ਕੰਨ ਦੇਖੋ ਛੋਟੇ ਛੋਟੇ, ਅੱਖਾਂ ਬਿੱਲੀਆਂ, ਸਾਰਾ ਬਿੱਲਾ ਜੀ। ਬੱਚਾ ਨੁਕਰੀ ਬੱਚਾ, ਖੂਬਸੂਰਤ, ਕਿਸੇ ਦੋਸਤ ਵੀਰ ਨੂੰ ਪਸੰਦ ਆਵੇ। ਇੱਕ ਨਮੋਲ ਹੀਰਾ ਖੜ੍ਹਾ, ਇੱਕ ਕੈਮਰੇ ਦੀ ਜ਼ੀਨਤ ਬਣਿਆ ਹੈ ਜੀ। ਬਹੁਤ ਅੱਛਾ ਖੂਬਸੂਰਤ ਬੱਚਾ, ਔਰ ਤਾਰੀਫ ਪਤਾ ਹੀ ਹੈ ਅੱਗੇ ਪਾਏ ਮੇਰੇ ਚੈਨਲ ਦੇ ਜੀ। ਪਹਿਲੀ ਦਫ਼ਾ ਇੱਕ ਅਨਮੋਲ ਹੀਰਾ ਆਇਆ, ਮਤਲਬ ਅੱਛਾ, ਮੈਨੂੰ ਨਾ ਨਹੀਂ ਆਉਣਾ, ਅਬਲਕ ਅਬਕਲਕ ਅੱਛਾ, ਮੇਰੇ ਦੋਸਤੋ ਚੈਨਲ 'ਤੇ ਪਹਿਲੀ ਦਫ਼ਾ ਆਇਆ, ਕਿਉਂਕਿ ਇਹ ਤਾਰੀਫ ਅੱਲਾ ਪਾਕ ਦੀ। ਲੇਕਿਨ ਇਹ ਜਾਨਵਰ ਅੱਲਾ ਦੇ ਮਿਹਰਬਾਨੀ ਨਾਲ ਹਰ ਪਾਸੋਂ ਖੂਬਸੂਰਤ ਔਰ ਬਹੁਤ ਅੱਛਾ ਹੀਰਾ ਬਣਾ ਬਣਾ ਪੂਰੀ ਤਸੱਲੀ ਕਰਾ ਦੇ ਕੈਮਰਾਮੈਨ ਹਰ ਪਾਸੋਂ। ਅੱਗੋਂ ਮੂੰਹ ਵੀ ਦਿਖਾ, ਮੂੰਹ ਵੀ ਦਿਖਾ,
ਅੱਖ ਵੀ ਐਮ ਦਿਖਾ, ਕੈਮਰਾਮੈਨ ਪੂਰੀ ਤਸੱਲੀ ਕਰਾ ਦੇ, ਕਿਸੇ ਕਿਸਮ ਦੀ ਰਹਿ ਨਾ ਜਾਵੇ ਕਿਸੇ ਪਾਸੋਂ ਕਮੀ, ਅੱਖ ਐਮ ਪੂਰੀ ਕੇ ਵਿੱਚ ਲਿਆ ਕੈਮਰਾਮੈਨ। ਛੋਟਾ ਵੱਡਾ ਨਾ ਕੈਮਰਾ ਕਰ, ਵੈਸੇ ਕੋਲੇ ਜਾ ਕੇ ਅੱਖ ਪੂਰੀ ਵਿੱਚ ਲਿਆ ਇਸ ਤਰੀਕੇ। ਕੰਨ ਕੁੰਨ ਹਰ ਚੀਜ਼ ਐ ਕਲੀਅਰ ਕਰ ਦੇ। ਦੂਸਰੀਆਂ ਗੱਲਾਂ ਮਾਲਕ ਨਾਲ ਆਉਂਦੀਆਂ ਜੀ, ਜੀ ਇੱਕ ਫੁੱਲ ਗੁਲਾਬ ਦਾ ਜੀ ਦੋਸਤਾਂ ਨੇ ਲੈ ਕੇ ਆਇਆ, ਚੱਲ ਬਸ ਜਾਣ ਦੇ ਇੰਟੋਰ ਤੇ ਵਿਖਾ ਦੇ, ਥੋੜਾ ਜਿਹਾ ਲੰਮਾ ਕਰ ਦੇ, ਥੋੜਾ ਇੰਟੋਰ ਤੇ ਵਿਖਾ ਦੇ। ਦੂਸਰੀਆਂ ਗੱਲਾਂ ਮਾਲਕ ਨਾਲ ਕਰਨੇ ਆ, ਇਹਦਾ ਚੱਲ ਖਾਂਗਾ। ਅਸਲਾਮ ਵਾਲੇਕਮ ਪੱਟੀ ਸਾਹਿਬ। ਵਾਲੇਕਮ ਸਲਾਮ ਜੀ, ਕੀ ਹਾਲ ਚਾਲ? ਕੀ ਹਾਲ ਚਾਲ? ਠੀਕ ਹੋ? ਸਭ ਖੈਰੀਅਤ? ਸਭ ਖੈਰ, ਅੱਲਾ ਦਾ ਸ਼ੁਕਰ। ਅੱਛਾ ਭਾਈਜਾਨ, ਸਭ ਤੋਂ ਪਹਿਲਾਂ ਵੀ ਕਿਹੜੀ ਨਸਲ ਦਾ? ਇਹ ਜੀ ਪਿਓਰ ਆਸਟ੍ਰੇਲੀਆ ਫਰੀਜ਼ਨ ਹੈ। ਪਿਓਰ ਆਸਟ੍ਰੇਲੀਆ ਫਰੀਜ਼ਨ ਹੈ, ਹਾਂਜੀ। ਅੱਛਾ ਭਾਈਜਾਨ, ਇਹਦੀ ਉਮਰ ਕਿੰਨੀ? ਉਮਰ ਤਕਰੀਬਨ ਹੈਗੀ ਹੈ 3-3.5 ਸਾਲ ਹੈਗੀ। 3.5 ਸਾਲ, ਮੂੰਹ ਤਾਂ ਦੋਂਦਾ ਖੀਰਾ ਚੌਗਾ, ਇਹ ਚੌਗਾ ਹੋ ਗਿਆ, ਮੂੰਹ ਤਾਂ ਚੌਗਾ ਇਸ ਟਾਈਮ। ਇਸ ਟਾਈਮ ਵਜ਼ਨ ਇਹਦਾ ਕਿੰਨਾ ਹੈ? ਵਜ਼ਨ ਤਕਰੀਬਨ ਹੈਗਾ ਜੀ 45 ਦੇ ਆਸੇ ਪਾਸੇ ਤੱਕ ਦੇ ਨੇ। 45 ਦੇ ਆਸੇ ਪਾਸੇ? ਹਾਂਜੀ, 45 ਤੋਂ 50 ਦੇ ਆਸੇ ਪਾਸੇ ਤੱਕ ਦੇ ਨੇ। ਚਾਚੇ ਨੂੰ ਮੈਂ ਪੁੱਛਿਆ, ਤੁਹਾਡੇ ਵਾਲਦ ਸਾਹਿਬ ਨੂੰ ਪੁੱਛਿਆ, ਕਿਉਂਕਿ ਅੱਲਾ ਪਾਕ ਦੇ ਅੱਗੇ ਮੈਂ ਗੁਨਾਹਗਾਰ ਨਾ ਹੋ ਜਾਵਾਂ। ਹਾਂਜੀ, ਕਿਉਂਕਿ ਤੁਹਾਡੇ ਵਾਲਦ ਸਾਹਿਬ ਤੋਂ ਪੁੱਛਿਆ, ਉਹਨਾਂ ਨੇ ਆਖਿਆ 50 ਤੋਂ 45 ਇਸ ਤਰੀਕੇ ਤੱਕ ਦੇ, ਇੱਥੇ ਤੱਕਦੇ ਨੇ। ਗੋਸ਼ਤ ਉਹਨੇ ਆਖਿਆ 35 ਤੋਂ 40, 35 ਤੋਂ 30 ਤੱਕ ਗੋਸ਼ਤ ਹੈਗਾ। ਹਾਂਜੀ, ਮੈਨੂੰ ਵਾਲਦ ਸਾਹਿਬ ਨੇ ਤੁਹਾਡੇ ਨੇ ਕਿਹਾ ਕਿ ਇਸ ਤਰੀਕੇ। ਹਾਂਜੀ, ਇਨਸ਼ਾਅੱਲਾ ਨਿਕਲੇਗਾ ਵੀ, ਅੱਲਾ ਦੇ ਹੁਕਮ ਨਾਲ, ਮਾਸ਼ਾਅੱਲਾ ਸ਼ੇਰ ਹੈ। ਅੱਛਾ, ਇਹ ਅਗਰ ਕੋਈ ਬਰੀਡਰ ਮਕਸਦ ਕੋਈ ਖੁਸੀ ਖੁਸੀ ਆਂਡਰ ਨਹੀਂ, ਆਂਡਰ ਹੈ ਜੇ ਕੋਈ ਉਸ ਤਰ੍ਹਾਂ ਲੈ ਕੇ ਜਾਵੇ ਫਾਰਮ ਫੁਰਨ ਵਾਸਤੇ, ਗਾਵਾਂ ਗੂਵਾਂ ਵਾਸਤੇ ਵੀ, ਤਾਂ ਮਾਸ਼ਾਅੱਲਾ ਬਹੁਤ ਆਲਾ ਨਸਲ ਔਰ ਨਾਯਾਬ ਤੋਹਫਾ ਹੋਵੇਗਾ। ਇਹ ਤਾਂ ਵਾਕਿਆ ਤੋਹਫਾ ਕਰ, ਗਰਮੀ ਗੁਰਮੀ ਮਹਿਸੂਸ ਕਰਾਉਂਦਾ ਹੋਵੇ। ਹਾਂਜੀ, ਇਹ ਪੰਜਾਬ ਦਾ ਇੱਕ ਤੋਹਫਾ ਹੈ ਜੀ, ਗਰਮੀ ਦਾ ਨਹੀਂ ਮਹਿਸੂਸ ਕਰਾਉਂਦਾ। ਨਹੀਂ, ਗਰਮੀ ਫੁੱਲ ਹਾਰਡ ਦੇ ਮੌਸਮ ਦੇ ਵਿੱਚ ਧੁੱਪੇ ਠੱਲ ਦਿਓਗੇ, ਇਹ ਕਰਕੇਗਾ ਨਹੀਂ, ਜਿਬ ਨਹੀਂ ਬਾਹਰ ਕੱਢੇਗਾ। ਅੱਛਾ, ਰਾਲ ਨਹੀਂ ਘੇਰੇਗਾ। ਠੀਕ ਹੋ ਗਿਆ ਭਾਈ ਜਾਨ, ਆਪਣਾ ਫਿਰ ਵੀ ਡਰੈਸ ਦੱਸੋ ਕਿਹੜਾ? ਡਰੈਸ ਹੈ ਜੀ ਜ਼ਿਲ੍ਹਾ ਪਾਕਪਤਨ, ਤਸੀਰ ਆਰੇ ਵਾਲਾ, ਚੱਕ ਨੰਬਰ 359 ਬੀ। ਆਪਣਾ ਨੰਬਰ ਬੋਲ ਦੋ ਵਿੱਚ, 0307-7940-849। ਇਹ ਡਿਮਾਂਡ ਦੇ ਬਾਰੇ ਕੀ ਹੈ ਤੁਹਾਡਾ ਇਰਾਦਾ? ਡਿਮਾਂਡ ਫਿਲਹਾਲ ਤਾਂ ਅਸੀਂ ਕਰਦੇ ਨਹੀਂ ਹਾਂ ਜੀ। ਅੱਛਾ, ਕੋਈ ਦੋਸਤ ਅਗਰ ਡਿਮਾਂਡ ਕੈਮਰੇ 'ਚ ਨਹੀਂ ਕਰਨਾ ਚਾਹੁੰਦੇ ਜੀ, ਤੁਸੀਂ ਕਹਿੰਦੇ ਜੀ ਦੋਸਤ ਆਵੇ ਦੀਦਾਰ ਕਰੇ, ਫਿਰ ਅਸੀਂ ਉਹਦੇ ਨਾਲ ਡਿਮਾਂਡ ਕਰਾਂਗੇ। ਹਾਂਜੀ, ਉਹਦੇ ਨਾਲ। ਇਹ ਜੀ ਮੇਰੇ ਜ਼ਿਲ੍ਹੇ 'ਚ ਇੱਕ ਨਮੋਲ ਹੀਰਾ। ਅੱਛਾ, ਇਹ ਕੀ? ਅੱਛਾ, ਡਿਮਾਂਡ ਕਿਉਂ ਨਹੀਂ ਕਰ ਰਿਹਾ? ਡਿਮਾਂਡ ਇਸ ਵੀ ਜਿਹਨੂੰ ਇਹਦੀ ਮਾਰਕੀਟ ਦਾ ਪਤਾ, ਉਹਨੂੰ ਖੁਦ ਹੀ ਪਤਾ ਹੈ ਵੀ ਆਹ ਚੀਜ਼ ਕਿੰਨੇ ਕੁ ਦੀ ਹੈ। ਸੋਨਾ ਔਰ ਲੋਹੇ ਦਾ ਭਾਅ ਦਾ ਤਾਂ ਪਤਾ ਹੀ ਹੈ ਹਰ ਕਿਸੇ ਨੂੰ, ਸੋਨਾ ਹੀਰਾ ਚਾਂਦੀ ਦੇ ਦੋਸਤਾਂ ਨੂੰ ਪਤਾ ਹੈ, ਕਿੰਨਾ ਜਾਨਵਰ ਰੱਖੇ ਨੇ ਇਸ ਕਿਸਮ ਦੇ, ਉਹ ਦੋਸਤ ਮੇਰੇ ਆਪੇ ਪਛਾਣ ਲੈਣਦੇ। ਤੁਸੀਂ ਡਰੈਸ ਆਪਣਾ ਦੱਸ ਦਿੱਤਾ, ਦੀਦਾਰ ਇੱਥੇ ਆਉਂਦੇ ਕਰਨ, ਇਨਸ਼ਾਅੱਲਾ ਉਮੀਦ ਕਰਨੇ ਆ ਕਿੰਨੀ ਜੋਗਾ ਇਨਸ਼ਾਅੱਲਾ ਪਿਆਰ ਮੁਹੱਬਤ ਤੁਹਾਡਾ ਵੀਰ ਹੋਇਆ, ਲਾਜ਼ਮੀ ਹੈ ਦੋਸਤਾਂ ਨਾਲ ਕਰਾਵਾਂਗਾ। ਕੋਈ ਦੋਸਤ ਆ ਜਾਂਦਾ ਇਨਸ਼ਾਅੱਲਾ ਫੁੱਲ ਪਿਆਰ ਮੁਹੱਬਤ ਮੈਂ ਉਹਨਾਂ ਨਾਲ ਕਰਾਵਾਂਗਾ ਦੋਸਤਾਂ ਨੂੰ। ਇਨਸ਼ਾਅੱਲਾ ਜਸ ਦਿਓ, ਮਿਲਨੇ ਆ ਅੱਛੀ ਵੀਡੀਓ ਨਾਲ। ਪਾਕਿਸਤਾਨ ਜ਼ਿੰਦਾਬਾਦ।